ਯੂਟੀ ਦੇ ਐਗਜ਼ਾਮ ਵਿੱਚ ਜਿਹੜਾ 200 ਸੀਟਾਂ ਲਈ, ਦੋ ਕਾਲਜਾਂ ਲਈ ਜਾਂ 270 ਸੀਟਾਂ ਲਈ ਹੋਇਆ ਹੈ, ਉਹਦੇ ਵਿੱਚ ਕਰੰਟ ਅਫੇਅਰਸ ਥੋੜ੍ਹਾ ਜਿਹਾ ਡਿਫਰੈਂਟ ਆਈ ਹੈ, ਤਾਜ਼ਾ ਜਿਹੜੀਆਂ ਖਬਰਾਂ ਨੇ ਉਹਨਾਂ ਵਿੱਚੋਂ। ਸੋ ਜਿਹੜਾ ਪੰਜਾਬ ਵਿੱਚ ਟੈਸਟ ਹੋਏਗਾ, ਕਿਉਂਕਿ ਪੰਜਾਬ ਯੂਨੀਵਰਸਿਟੀ ਨੇ ਕਰਨਾ ਹੈ, ਉਹਨਾਂ ਲਈ ਕੁਝ ਇੱਕ ਕਰੰਟ ਅਫੇਅਰਸ ਦੇ ਜਿਹੜੇ ਪੁਆਇੰਟਸ ਲੈ ਕੇ ਆਇਆ, ਕੁਸ਼ਚਨ ਵੀ ਬਣਾਏ ਨੇ। ਫਸਟ ਹੈ, ਰਾਜਸਥਾਨ ਬਿਕਮ ਫਸਟ ਸਟੇਟ ਟੂ ਅਡੋਪਟ ਰੋਡ ਸੇਫਟੀ ਐਕਸ਼ਨ ਪਲਾਨ। ਇਹ ਕਾਫੀ ਹੈ, ਇਹ ਜੇ ਇਨਫੋਰਮੇਸ਼ਨ ਤੁਹਾਡੇ ਕੋਲ ਇਹ ਆ ਗਈ ਹੈ, ਪਤਾ ਲੱਗ ਗਈ ਹੈ, ਇਟ ਮੀਨਸ ਕਿ ਤੁਹਾਨੂੰ ਕੁਸ਼ਚਨ ਜਿਹੜਾ ਹੈ ਉਸਨੂੰ ਹੱਲ ਕਰ ਲਓਗੇ। ਲੇਕਿਨ ਕਿਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ, ਰਾਜਸਥਾਨ ਹੈਜ਼ ਬਿਕਮ ਦ ਫਸਟ ਸਟੇਟ ਇਨ ਇੰਡੀਆ ਟੂ ਕ੍ਰੀਏਟ 10-year ਐਕਸ਼ਨ ਪਲਾਨ ਟਾਰਗੇਟਿੰਗ ਵਿਚ ਇਸ਼ੂ। ਹੈ ਨਾ, ਇਸ਼ੂ ਪੁੱਛਿਆ ਜਾ ਸਕਦਾ ਹੈ। ਐਜੂਕੇਸ਼ਨ ਰਿਫੋਰਮ ਹੈ, ਸ਼ਾਇਦ ਅਸੀਂ ਇਸ ਨੂੰ ਟਿਕ ਕਰ ਦਈਏ। ਹੈਲਥ ਇੰਪਰੂਵਮੈਂਟ ਹੈ, ਰੋਡ ਸੇਫਟੀ। ਰਾਈਟ ਆਂਸਰ ਕੀ ਹੈ ਕਿ ਰੋਡ ਸੇਫਟੀ ਕਰੈਕਟ ਆਂਸਰ ਨੀਚੇ ਦਿੱਤਾ ਗਿਆ ਹੈ। ਝਾਰਖੰਡ ਮਾਈਕਾ ਮਾਈਨ ਡਿਕਲੇਅਰਡ ਚਾਈਲਡ ਲੇਬਰ ਫਰੀ, ਇਹ ਇਨਫੋਰਮੇਸ਼ਨ ਹੈ। ਵਿਚ ਆਰਗਨਾਈਜੇਸ਼ਨ ਡਿਕਲੇਅਰ ਝਾਰਖੰਡ ਮਾਈਕਾ ਮਾਈਨ ਚਾਈਲਡ ਲੇਬਰ ਫਰੀ? ਹੁਣ ਇਹ ਕੁਸ਼ਚਨ ਜਿਹੜਾ ਬਣਦਾ ਹੈ, ਕੁਸ਼ਚਨ ਦਾ ਆਂਸਰ ਅਡੀਸ਼ਨਲ ਕੀ ਹੈ ਸਾਡੇ ਕੋਲ? ਕਰੈਕਟ ਆਂਸਰ ਹੈ ਨੈਸ਼ਨਲ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਈਲਡਸ ਰਾਈਟ। ਸੇਫ ਚਿਲਡਰਨ ਨਹੀਂ, ਨੈਸ਼ਨਲ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਈਲਡਸ ਰਾਈਟ, NCPER। ਇਟ ਮੀਨਸ, ਇਹ ਮੈਂ ਕਿਉਂ ਰਿਪੀਟ ਕਰ ਰਿਹਾ ਹਾਂ, ਕਿਉਂਕਿ ਇਸਦੀ ਫੁੱਲ ਫੋਰਮ ਵੀ ਪੁੱਛੀ ਜਾ ਸਕਦੀ ਹੈ। ਨਾਰਮਲੀ ਐਜੂਕੇਸ਼ਨਲ ਏਜੰਸੀਆਂ ਦੀ ਪੁੱਛੀ ਜਾਂਦੀ ਹੈ, ਲੇਕਿਨ ਯਾਦ ਰੱਖ ਲੈਣਾ ਚਾਹੀਦਾ ਹੈ ਕਿ ਇਹ ਏਜੰਸੀ ਹੈ। ਮੱਧ ਪ੍ਰਦੇਸ਼ CM ਲਾਂਚ ਲੋ ਪਥ ਮੋਬਾਈਲ ਐਪ, ਇੰਪੋਰਟੈਂਟ ਹੈ ਫੋਰ ਰੋਡ ਇਸ਼ੂਜ, ਇਹ ਮੇਰੇ ਖਿਆਲ ਹੋ ਗਿਆ। ਵਟ ਇਜ਼ ਦੀ ਗੋਲ ਆਫ ਲੋਕ ਪਥ ਮੋਬਾਈਲ ਐਪ ਲਾਂਚਡ ਬਾਏ ਮੱਧ ਪ੍ਰਦੇਸ਼ CM? ਹੁਣ ਸਟੇਟ ਪੁੱਛੀ ਜਾ ਸਕਦੀ ਹੈ, ਇਹ ਮੋਬਾਈਲ ਦੀ ਐਪ ਆਪਸ਼ਨ 'ਚ ਆ ਸਕਦੀ, ਕਿਹੜੀ ਮੋਬਾਈਲ ਐਪ ਉਹਨਾਂ ਨੇ ਲਾਂਚ ਕੀਤੀ ਹੈ। ਸੋ ਇਹ ਵਾਲੀ ਸਟੇਟਮੈਂਟ ਤੁਸੀਂ ਪੜ੍ਹ ਲਓ, ਕਾਫੀ ਹੈ ਜੇ ਪ੍ਰੈਕਟਿਸ ਕਰਨੀ ਹੈ। ਕੁਸ਼ਚਨ ਕਿਵੇਂ ਬਣਦਾ ਹੈ ਇਸਦਾ ਉੱਤਰ? ਪ੍ਰਮੋਟ ਡਿਜੀਟਲ ਐਜੂਕੇਸ਼ਨ, ਕੁਇਕਲੀ ਫਿਕਸ ਰੋਡ ਪ੍ਰੋਬਲਮ, ਰਾਈਟ ਆਂਸਰ ਸਾਡੇ ਕੋਲ ਇਹ ਹੈ। ਨੈਕਸਟ ਹੈ, ਹੇਮੰਤ ਸੋਰੇਨ ਸੋਨ ਇਨ ਝਾਰਖੰਡ CM ਅਗੇਨ, ਮੇਰੇ ਖਿਆਲ ਇਹ ਕਾਫੀ ਹੈ ਇਨਫੋਰਮੇਸ਼ਨ ਇਸ ਤੇ। ਕੁਸ਼ਚਨ ਅੱਛਾ, ਕਿੰਨਵੀਂ ਵਾਰ ਕੁਸ਼ਚਨ ਇਹ ਆ ਸਕਦਾ ਹੈ ਕਿ ਕਿੰਨਵੀਂ ਵਾਰ, ਲੇਕਿਨ ਇਹ ਇੰਪੋਰਟੈਂਟ ਕੁਸ਼ਚਨ ਨਹੀਂ ਹੈ, ਇਸ ਨੂੰ ਛੱਡ ਸਕਦੇ ਹਾਂ। ਤੀਸਰੀ ਵਾਰ ਹੈ ਆਂਸਰ ਇਹਦਾ। ਗਲੋਬਲ ਇੰਡੀਆ AI ਸਮਿਟ, ਇਹ ਜ਼ਿਆਦਾ ਇੰਪੋਰਟੈਂਟ ਹੈ। 2024 ਵਿੱਚ ਮਿਨਿਸਟਰ ਸਪੋਕ ਐਟ ਦਾ ਓਪਨਿੰਗ ਸੈਸ਼ਨ ਆਫ ਗਲੋਬਲ ਇੰਡੀਆ ਸਮਿਟ 2024। ਅਸ਼ਵਨੀ ਵੈਸ਼ਨਵ, ਵੈਸੇ ਵੀ ਮੈਂ ਇੱਕ ਤੁੱਕਾ ਜਿਹਾ ਦੱਸਦਾ ਹੁੰਦਾ ਲਾਉਂਦਾ ਹੁੰਦਾ ਕਿ ਨੋਰਮਲੀ ਜਿਹੜੇ ਕਿੱਧਰ ਨੂੰ ਜਾਂਦੇ ਨੇ ਕੁਸ਼ਚਨ, ਜਿਹੜੇ ਹਿੰਦੂ ਨਾਮ ਹੋਣਗੇ ਉਹ ਰਾਈਟ ਆਂਸਰ ਜ਼ਿਆਦਾ ਤੁਹਾਨੂੰ ਦਿਖਾਈ ਦੇਣਗੇ, ਲੇਕਿਨ ਇੱਥੇ ਸੀਤਾ ਰਾਮ ਵੀ ਉਹ ਬਣ ਰਿਹਾ ਹੈ। ਸੋ ਲੇਕਿਨ ਰਾਈਟ ਆਂਸਰ ਇਹ ਹੈ, ਜਿਹੜੇ ਹੂ ਇਜ਼ ਹੂ ਦੇ ਮੈਂ ਕੁਸ਼ਚਨ ਬਣਾਏ ਸੀ, ਉਹ ਇੱਕ ਵੀਡੀਓ ਪਾ ਦਾਂਗਾ, ਉਸ ਤੋਂ ਇਹ ਥੋੜ੍ਹਾ ਜ਼ਿਆਦਾ ਕਲੀਅਰ ਹੋ ਜਾਏਗਾ ਕਿ ਆਪਸ਼ਨ ਵਿੱਚ ਰਾਈਟ ਆਂਸਰ ਬਿਨਾਂ ਗਿਆਨ ਤੋਂ ਕਿੱਦਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਸੋ ਅਸ਼ਵਨੀ ਵੈਸ਼ਨਵ, ਇਸਨੂੰ ਕਿਸੇ ਤਰ੍ਹਾਂ ਜੋੜਿਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਨਿਰਮਾਣ ਬਿੱਲ 2024, ਇਸ ਤਰ੍ਹਾਂ ਦਾ ਸਟੇਟ ਦੂਸਰੀ ਦਾ ਹੈ, ਕੁਸ਼ਚਨ ਨਹੀਂ ਪੁੱਛਿਆ ਜਾਏਗਾ, ਪਰ ਬਣਾਇਆ ਹੈ ਵਟ ਡਜ਼ ਉੱਤਰ ਪ੍ਰਦੇਸ਼ ਨਿਰਮਾਣ ਬਿੱਲ 2024 ਏਮ ਟੂ ਪ੍ਰਮੋਟ? ਸੋ ਰਾਈਟ ਆਂਸਰ ਹੈ ਮੈਨੂਫੈਕਚਰਿੰਗ ਐਂਡ ਕੰਸਟਰਕਸ਼ਨ, ਨੋਟ ਇੰਪੋਰਟੈਂਟ। ਵਿਚ ਆਰਗਨਾਈਜੇਸ਼ਨ ਰੀਸੈਂਟਲੀ ਰਿਲੀਜ਼ ਦ ਰਿਪੋਰਟ ਟਾਈਟਲ ਏਡ ਫੋਰ ਟ੍ਰੇਡ ਇਨ ਐਕਸ਼ਨ? ਇਹ ਆ ਸਕਦਾ ਹੈ ਕਿ ਇਕਨੋਮਿਕਸ ਪਾਰਟ ਹੈ।
supporting the transition to clean energy, ये पूछा जा सकता है. Aid मतलब any information है, उसका question बनाया है. हाल ही में किस संगठन ने aid for trade in action supporting the transition to clean energy शीर्षक के report जारी की है. World Bank है. चलो प्रसिद्ध अंतर World Trade WTO World Trade Organization. So ये right answer है. नोट पढ़ने की जरूरत हाँ मैं इधर जो तुम रीड करना है इंपॉर्टेंट ये चुके क्योंकि होर क्वेश्चन बन सकते हैं कर सकते हैं तुम. नेक्स्ट चलते हैं. हाँ रिसेंटली वेयर वाज द 29th एडिशन ऑफ बेनियल रिम ऑफ पैसिफिक एक्सरसाइज हेल्ड. हुण इसकी फुल फॉर्म घट संभावना है. मैं पहला नहीं किया एजुकेशनल एजेंसी की ज्यादा पूछी जाती है. सो कितने हुई इसका उत्तर है हवाई यूएसए. मेरे ख्याल से सर ने करवाया भी होएगा. चलो सर क्लासेस करवाया. नेक्स्ट चलते हैं. रिसेंटली विच स्टेट गवर्नमेंट लॉन्च द मुख्यमंत्री किसान समन निधि. मेरे ख्याल इन्हों जो टॉप के तीन चार क्वेश्चन क्ढने हो जो इंपॉर्टेंट है उन्होंने ये शामिल है. मुख्यमंत्री किसान समन निधि बिहार उड़ीसा गुजरात राजस्थान क्योंकि हमने ही वो जी है वह भी माफ़ किए गए हैं कांग्रेस द्वारा. सो उदे नाल जोड़ के तुसी याद रख सकते हो. कृष्ण उपर मंडी फर्स्ट इंस्टॉलमेंट ऑफ चलो इसकी डिटेल पढ़ लेना लेकिन उन्ना काफ़ी है. विच टीम वन द 9th ICC मैनज T20 वर्ल्ड कप वाई डिफीटिंग द साउथ अफ्रीका. स्टेम इस तरह बनाई गई है कि इस स्टेम विचों तीन चार क्वेश्चन बन सकते हैं है ना. T20 ए ऑप्शन च हो सकता है. केड़ी सी ए किन्नवी सी 9th ICC मेंस ये सारी इनफॉरमेशन है इसलिए इनू डिटेल ना थोड़ा जा केयरफुली सॉरी पढ़ना होंगे डिटेल ना नहीं. डिफीटिंग साउथ अफ्रीका टीम फाइनल जिहड़ा ही साउथ अफ्रीका ना होया मेरे ख्याल वर्ल्ड कप सानू पता है कि इंडिया ने जितया है. राइट आंसर है. सो जरूरी नहीं है कि एक क्वेश्चन इदा आएगा इहदा पूछ लिया जाएगा जिहड़ा भारत ने हुण जितया है किन्नवा है ये पूछा जा सकता है ना. किहड़ा सी T20 सी वर्ल्ड कप किन्नी बार जितया दो बार सर कैसे दो बार हो गया ना इन्हां दा 2020 दो हां 2020 दो चार हो चुके दो बार ही ODI हां दो बार ही ODI हो गया. वनडे दो बार 1983 ਵਿੱਚ ਜਿੱਤਿਆ ਸੀ ਵਨਡੇ ਪਹਿਲਾ ਜਿੱਤ ਫਿਲਮ ਬਣੀ ਹੈ. ਹਾਂਜੀ ਕਪਿਲ ਦੇਵ ਜਦੋਂ ਸੀਗੇ ਉਸ ਤੋਂ ਬਾਅਦ 2011 ਦੇ ਵਿੱਚ ਜਿੱਤਿਆ ਜਦੋਂ ਸਚਿਨ MS ਧੋਨੀ ਸੀ ਓਕੇ 2011 ਚ ਉਹ ਦੋ ਹੈ ਤੇ ਦੋ A ਵਾਲੇ A20 ਵਾਲੇ ਹੈ ਨਾ. ਠੀਕ ਹੈ ਜੀ. ਨੈਕਸਟ ਹੈ ਜੀ ਵਟ ਇਜ਼ ਸਨੋ ਬਲਾਈਂਡ ਲਿਸਟ ਸੀਨ ਨਿਊਜ਼ ਨਹੀਂ ਇਹ ਰਤੀ ਵੀ ਇੰਪੋਰਟੈਂਟ ਨਹੀਂ ਹੈ. ਨਿਰਮਾਨਸ ਨਹੀਂ ਇਹਨੂੰ ਛੱਡਿਆ ਜਾ ਸਕਦਾ ਹੈ. ਮੈਂ ਇੰਪੋਰਟੈਂਟ ਹੋਰ ਕੱਢ ਕੇ ਨਾ ਤੁਹਾਨੂੰ ਦੇ ਦਿੰਦਾ ਹਾਂ. ਇਹਨੂੰ ਪੜ੍ਹਨਾ ਬੜਾ ਔਖਾ ਹੈ. ਕੌਨਕੁਟੀ ਡੋਲਤੀ ਨੈਸ਼ਨਲ ਪਾਰਕ ਕਿਸ ਦੇਸ਼ ਵਿੱਚ ਸਥਿਤ ਹੈ. ਕਾਂਗੋ ਨਹੀਂ ਇੰਪੋਰਟੈਂਟ ਬਿਲਕੁਲ ਇੰਪੋਰਟੈਂਟ ਨਹੀਂ ਹੈ ਮੇਰੇ ਖਿਆਲ ਨਹੀਂ ਬਾਕੀ ਸਾਡੇ ਨਾਲ ਇੰਪੋਰਟੈਂਟ ਨਹੀਂ ਹੈ. ਬੋਰਨਿਓ ਐਲੀਫੈਂਟ ਰੀਸੈਂਟਲੀ ਕਿਉਂਕਿ ਇੰਡੇਜਰਡ ਜਿਹੜੇ ਹੈ ਨਾ ਸੰਕਟ ਅੱਗੇ ਖਤਮ ਹੋਣ ਦੀ ਤਦਾਦ 'ਤੇ ਆ ਗਏ ਨੇ ਇਹਦੇ ਵਿੱਚ ਹੈ ਸਾਡੇ ਨਹੀਂ ਪੁੱਛੇ ਜਾਂਦੇ ਨੋਰਮਲੀ BEd ਵਿੱਚ. ਦੈਟਸ ਆਲ ਮੇਰੇ ਖਿਆਲ ਹੋਰ ਨਾ ਡਿਸਕਸ ਕਰੀਏ ਕਿ ਹਾਲ ਹੀ ਮੈਂ ਰੀਸੈਂਟਲੀ
ਸਪੇਸ ਐਕਸਪਲੋਰੇਸ਼ਨ ਰਿਸਰਚ ਏਜੰਸੀ, ਹਾਂ ਇੰਪੋਰਟੈਂਟ ਹੈ, ਰੀਸੈਂਟਲੀ ਸਪੇਸ ਐਕਸਪਲੋਰੇਸ਼ਨ ਰਿਸਰਚ ਏਜੰਸੀ ਸੇਰਾ ਦੀ ਫੁੱਲ ਫੋਰਮ ਵੀ ਪੁੱਛੀ ਜਾ ਸਕਦੀ ਹੈ, ਅਨਾਊਂਸ ਵਿੱਚ ਕੰਟਰੀ ਐਜ ਅ ਪਾਰਟਨਰ ਨੇਸ਼ਨ ਫੋਰ ਦ ਹਿਊਮਨ ਸਪੇਸ ਫਾਈਟ ਪ੍ਰੋਗਰਾਮ, ਆਸਟ੍ਰੇਲੀਆ, ਭਾਰਤ, ਜਪਾਨ, ਪਾਕਿਸਤਾਨ। ਸੋ ਇੰਪੋਰਟੈਂਟ ਕਿਉਂ ਹੈ ਕਿ ਆਂਸਰ ਇੰਡੀਆ ਹੈ, ਇੰਡੀਆ 'ਤੇ ਪੁੱਛਿਆ ਜਾ ਸਕਦਾ ਹੈ ਸੇਰਾ, ਔਰ ਇੰਡੀਆ ਇਹ ਯਾਦ ਰੱਖਣਾ ਇੰਡੀਆ ਦਾ ਸੇਰਾ ਜਾਂਦਾ ਹੈ। ਸੋ ਦੈਟ ਇਜ਼ ਆਲ ਕੁਛ ਅਸੀਂ, ਬਾਕੀ ਹੋਰ ਕਰੰਟਸ ਅਫੇਅਰ ਅਤੇ ਹੂ ਇਜ਼ ਹੂ ਪਾਰਲੀਮੈਂਟ। ਥੈਂਕ ਯੂ ਡਾਕਟਰ ਪੀਰ ਸਿੰਘ ਲਾਂਡਰ।